ਭਾਰਤੀ ਸਰਹੱਦ ਦਾ ਜਾਂਬਾਜ਼ ਰਾਖਾ ਸੂਬੇਦਾਰ ਜੋਗਿੰਦਰ ਸਿੰਘ 1962 ਦੀ ਭਾਰਤ ਚੀਨ ਜੰਗ ਵਿੱਚ ਦੁਸ਼ਮਣ ਫੌਜਾਂ ਸਾਹਮਣੇ ਢਾਲ ਬਣ ਕੇ ਖੜ ਗਿਆ ਸੀ। ਸੂਬੇਦਾਰ ਜੋਗਿੰਦਰ ਸਿੰਘ ਨੇ ਸ਼ਹਾਦਤ ਹਾਸਲ ਕਰ ਚੀਨੀ ਫੌਜ ਦਾ ਦਲੇਰੀ ਅਤੇ ਸੂਰਬੀਰਤਾ ਨਾਲ ਮੁਕਾਬਲਾ ਕੀਤਾ, ਪਰ ਇਸ ਜਾਂਬਾਜ਼ ਰਾਖੇ ਦੀ ਮ੍ਰਿਤਕ ਦੇਹ ਨੂੰ ਆਪਣੇ ਮੁਲਕ ਦੀ ਮਿੱਟੀ ਨਸੀਬ ਨਹੀਂ ਹੋਈ। ਕੀ ਸ਼ਹਾਦਤਾਂ ਤੇ ਸਿਆਸੀ ਰੋਟੀਆਂ ਸੇਕਣ ਵਿੱਚ ਮਾਹਰ ਮੋਦੀ ਸਰਕਾਰ ਉਸ ਵੇਲੇ ਦੇ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੀ ਉਸ ਮਹਾਨ ਸ਼ਹਾਦਤ ਦੇ ਵਿਰਸੇ ਨੂੰ ਸਾਂਭਣ ਲਈ ਕੋਈ ਕਦਮ ਚੁੱਕੇਗੀ, ਇਹ ਵੱਡਾ ਸਵਾਲ ਹੈ। ਹਾਲ ਹੀ ਵਿੱਚ ਚੀਨ ਨਾਲ ਗਲਵਾਨ ਘਾਟੀ ਵਾਲੇ ਘਟਨਾਕ੍ਰਮ ਤੋਂ ਬਾਅਦ ਹਾਲਾਤ ਤਲਖ ਹਨ। ਭਾਰਤ ਦੇ 20 ਤਾਂ ਚੀਨ ਦੇ 45 ਜਵਾਨ ਗਲਵਾਨ ਘਾਟੀ 'ਚ ਸ਼ਹੀਦ ਹੋਏ ਦੱਸੇ ਗਏ। 6 ਮਈ ਨੂੰ ਚੀਨ ਤਿੱਬਤ ਨੈੱਟ ਨੇ ਲੋਹਕਾ ਦੇ ਸ਼ਹੀਦਾਂ ਦੇ ਕਬਰਸਤਾਨ ਦੀਆਂ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ ਸਨ। ਤਿੱਬਤ ਮਿਲਟਰੀ ਖੇਤਰ ਦਾ ਇਹ ਉਹ ਜ਼ਿਲ੍ਹਾ ਭੂਟਾਨ ਦੀਆਂ ਉੱਤਰੀ ਸਰਹੱਦਾਂ ਅਤੇ ਮੈਕਮੋਨ ਲਾਈਨ ਦੇ ਪਿਛਲੇ ਹਿੱਸੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ਦੇ ਉੱਤਰ ਵੱਲ ਦਾ ਸਾਹਮਣਾ ਕਰਦਾ ਹੈ। ਹਾਲਾਂਕਿ ਚੀਨ ਵੱਲੋਂ ਆਪਣੇ ਸੈਨਿਕਾਂ ਦਾ ਸਨਮਾਨ ਕਰਨ ਵਿੱਚ ਕੁਝ ਵੀ ਗਲਤ ਨਹੀਂ, ਪਰ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਬੀਜਿੰਗ ਨੇ ਸੂਬੇਦਾਰ ਜੋਗਿੰਦਰ ਸਿੰਘ ਪਰਮਵੀਰ ਚੱਕਰ, ਜੋ ਨਵੰਬਰ 1962 ਵਿੱਚ ਤਿੱਬਤ ਵਿੱਚ ਸ਼ਹਾਦਤ ਹਾਸਲ ਕਰ ਗਏ, ਉਹਨਾਂ ਦੀ ਮ੍ਰਿਤਕ ਦੇਹ ਕਦੇ ਵਾਪਸ ਨਹੀਂ ਕੀਤੀ ਅਤੇ ਸਮੇਂ ਦੀਆਂ ਭਾਰਤ ਦੀਆਂ ਸਰਕਾਰਾਂ ਵੀ ਉਹਨਾਂ ਦੀ ਮ੍ਰਿਤਕ ਦੇਹ ਵਾਪਸ ਲਿਆਉਣ 'ਚ ਨਾਕਾਮ ਰਹੀਆਂ ਹਨ। ਉਸ ਜੰਗੀ ਯੋਧੇ ਦੀ ਸ਼ਹਾਦਤ ਦੀ ਦਾਸਤਾਨ ਦੀ ਗੱਲ ਕਰੀਏ ਤਾਂ 20 ਅਕਤੂਬਰ 1962 ਦੀ ਸਵੇਰ ਨੂੰ ਤਵਾਂਗ ਦੇ ਉੱਤਰ ਵਿੱਚ ਬੁਮਲਾ ਵਿਖੇ ਤੈਨਾਤ ਅਸਾਮ ਰਾਈਫਲਸ ਦੇ JCO ਨੇ ਜ਼ਮੀਨ ਖੋਦਣ ਦੇ ਸਮਾਨ ਨਾਲ ਲੈਸ ਲਗਭਗ 1000 ਮਜ਼ਦੂਰਾਂ ਨੂੰ ਵੇਖਿਆ। ਉਹ ਚੀਨੀ ਸੈਨਿਕਾਂ ਦੁਆਰਾ ਸੁਰੱਖਿਆ ਹੇਠ ਭਾਰਤੀ ਸਰਹੱਦ ਵੱਲ ਆ ਗਏ। JCO ਨੇੜਲੇ ਪਲਟੂਨ ਨੂੰ ਸੰਭਾਵਿਤ ਖਤਰੇ ਬਾਰੇ ਦੱਸਿਆ। 23 ਅਕਤੂਬਰ ਨੂੰ ਸਵੇਰੇ 4:30 ਵਜੇ ਤੱਕ ਕੁਝ ਨਹੀਂ ਹੋਇਆ, ਜਦੋਂ ਅਚਾਨਕ ਚੀਨ ਨੇ ਅੰਤਰਰਾਸ਼ਟਰੀ ਸਰਹੱਦ ਦੇ ਦੱਖਣ ਵਿੱਚ ਬਣੇ ਭਾਰਤੀ ਬੰਕਰਾਂ ਨੂੰ ਨਸ਼ਟ ਕਰਨ ਲਈ ਮੋਰਟਾਰ ਅਤੇ ਐਂਟੀ ਟੈਕ ਗਨ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ। ਛੇਤੀ ਹੀ 600 ਚੀਨੀਆਂ ਨੇ ਅਸਾਮ ਰਾਈਫਲਸ ਚੌਂਕੀ ਉੱਤੇ ਹਮਲਾ ਕਰ ਦਿੱਤਾ, ਜੋ ਜਲਦੀ ਹੀ ਕਾਬੂ ਕਰ ਲਿਆ ਗਿਆ। ਹਾਲਾਂਕਿ ਬਾਅਦ ਵਿੱਚ ਦੁਸ਼ਮਣ ਨੂੰ ਭਾਰੀ ਜਾਨੀ ਨੁਕਸਾਨ ਉਠਾਉਣਾ ਪਿਆ। ਇੱਕ ਸਿੱਖ ਰੈਜੀਮੈਂਟ ਦੇ ਸੂਬੇਦਾਰ ਜੋਗਿੰਦਰ ਸਿੰਘ ਕੁਝ 100 ਮੀਟਰ ਦੀ ਦੂਰੀ ਤੇ ਤੈਨਾਤ ਸਨ। 1962 ਦੇ ਯੁੱਧ ਦੀ ਅਧਿਕਾਰਤ ਰਿਪੋਰਟ ਅਨੁਸਾਰ ਦੁਸ਼ਮਣ ਨੇ ਸਿੱਖਾਂ ਦੀ D.CO ਆਗਾਮੀ ਪਲਟੂਨ ਤੇ ਹਮਲਾ ਕਰਦਿਆਂ 5 ਵਜੇ ਸਵੇਰੇ IB ਰਿਜ ਵਿਖੇ ਹਮਲਾ ਕੀਤਾ। ਸਿੱਖ ਜਵਾਨ ਚੀਨੀ ਫੌਜਾਂ ਨੂੰ ਭਾਰੀ ਜਾਨੀ ਨੁਕਸਾਨ ਪਹੁੰਚਾਉਣ ਵਿੱਚ ਕਾਮਯਾਬ ਹੋ ਗਏ ਅਤੇ ਉਹਨਾਂ ਨੂੰ ਵਾਪਸ ਮੁੜਨ ਲਈ ਮਜਬੂਰ ਕਰ ਦਿੱਤਾ। ਸੂਬੇਦਾਰ ਜੋਗਿੰਦਰ ਸਿੰਘ ਨੇ ਤੁਰੰਤ ਹੋਰ ਗੋਲਾ ਬਾਰੂਦ ਮੰਗਿਆ, ਪਰ ਉਸ ਵਕਤ ਦੁਸ਼ਮਣ ਨੇ ਕੰਪਨੀ ਹੈੱਡਕੁਆਰਟਰ ਨਾਲ ਗੱਲਬਾਤ ਬੰਦ ਕਰ ਦਿੱਤੀ ਸੀ। ਜੋਗਿੰਦਰ ਸਿੰਘ ਸ਼ੇਰ ਵਾਂਗ ਲੜਿਆ, ਉਹ ਇਸ ਹਮਲੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। PBC ਦਾ ਹਵਾਲਾ ਹੋਰ ਵੇਰਵੇ ਦਿੰਦਾ ਹੈ, ਇਸ ਸਖ਼ਤ ਕਾਰਵਾਈ ਵਿੱਚ ਪਲਟੂਨ ਨੇ ਆਪਣੇ ਅੱਧੇ ਆਦਮੀ ਗਵਾ ਦਿੱਤੇ, ਪਰ ਲੜਨ ਦੀ ਇੱਛਾ ਨਹੀਂ ਛੱਡੀ। ਸੂਬੇਦਾਰ ਜੋਗਿੰਦਰ ਸਿੰਘ ਨੇ ਪੱਟ ਵਿੱਚ ਗੋਲੀ ਲੱਗਣ ਦੇ ਜ਼ਖਮੀ ਹੋਣ ਦੇ ਬਾਵਜੂਦ ਮੈਦਾਨ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਦੀ ਪਲਟਨ ਨੇ ਵੀ ਦੁਸ਼ਮਣ ਨੂੰ ਕੋਈ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੱਤਾ। ਚੀਨੀ ਹਮਲੇ ਦੀ ਆਖਰੀ ਲਹਿਰ, ਜੋ ਕਿ ਵਧੇਰੇ ਦ੍ਰਿੜ ਅਤੇ ਵਧੇਰੇ ਜ਼ੋਰਦਾਰ ਸੀ, ਇਸ ਤੋਂ ਬਾਅਦ ਆ ਗਈ। ਹੁਣ ਪਲਟੂਨ ਵਿੱਚ ਲੜਨ ਲਈ ਬਹੁਤ ਘੱਟ ਆਦਮੀ ਬਚੇ ਸਨ। ਸੂਬੇਦਾਰ ਜੋਗਿੰਦਰ ਸਿੰਘ ਨੇ ਇਸ ਲਈ ਇੱਕ ਲਾਈਟ ਮਸ਼ੀਨ ਗਨ ਚਲਾ ਕੇ ਵੱਡੀ ਗਿਣਤੀ ਵਿੱਚ ਦੁਸ਼ਮਣਾਂ ਨੂੰ ਮਾਰ ਦਿੱਤਾ, ਪਰ ਉਹ ਦੁਸ਼ਮਣ ਦੇ ਇਸ ਵੱਡੇ ਹਮਲੇ ਨੂੰ ਇਕੱਲੇ ਨਹੀਂ ਰੋਕ ਸਕੇ। ਹਾਲਾਂਕਿ ਦੁਸ਼ਮਣ ਫੌਜ ਦਾ ਭਾਰੀ ਨੁਕਸਾਨ ਉਹਨਾਂ ਨੇ ਜ਼ਰੂਰ ਕੀਤਾ ਸੀ। ਰਿਪੋਰਟ ਵਿੱਚ ਇਹ ਵੀ ਸਿੱਟਾ ਕੱਢਿਆ ਗਿਆ ਕਿ ਜਦੋਂ ਸੂਬੇਦਾਰ ਜੋਗਿੰਦਰ ਸਿੰਘ ਦੁਸ਼ਮਣ ਦੀ ਹਿਰਾਸਤ ਵਿੱਚ ਸਨ ਤਾਂ ਉਸਦੇ ਜ਼ਖਮੀ ਹੋਣ ਕਾਰਨ ਮੌਤ ਹੋ ਗਈ। ਉਸਦੀ ਬਹਾਦਰੀ ਬਦਲੇ ਉਹਨਾਂ ਨੂੰ ਪਰਮਵੀਰ ਚੱਕਰ ਮਰਨ ਉਪਰੰਤ ਸਨਮਾਨਿਤ ਕੀਤਾ ਗਿਆ। ਸੂਬੇਦਾਰ ਜੋਗਿੰਦਰ ਸਿੰਘ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ ਜਦੋਂ ਕੁਝ ਦਿਨ ਬਾਅਦ ਉਹ ਮੱਧ ਤਿੱਬਤ ਦੇ ਚੰਗਾਈ ਨੇੜੇ PW ਦੇ ਕੈਂਪ ਵਿਖੇ ਪਹੁੰਚੇ। ਚੀਨੀ ਡਾਕਟਰਾਂ ਨੇ ਤੁਰੰਤ ਸਰੀਰ ਦਾ ਪ੍ਰਭਾਵਿਤ ਹਿੱਸਾ ਹਟਾਉਣ ਦਾ ਸੁਝਾਅ ਦਿੱਤਾ, ਜਿਸ ਨੂੰ ਬਹਾਦਰ ਸੂਬੇਦਾਰ ਨੇ ਇਨਕਾਰ ਕਰ ਦਿੱਤਾ, ਕਿਉਂਕਿ JCO ਦੇ ਸਭ ਤੋਂ ਸੀਨੀਅਰ ਰੈਂਕਦਾਰ ਸੂਬੇਦਾਰ ਮੇਜਰ ਬਣਨ ਦੀ ਉਹਨਾਂ ਦੀ ਸੰਭਾਵਨਾ ਖਤਰੇ ਵਿੱਚ ਪੈ ਜਾਣੀ ਸੀ। ਚੀਨੀ ਡਾਕਟਰਾਂ ਨੇ ਕੈਂਪ ਵਿਚਲੇ ਭਾਰਤੀ ਕਮਾਂਡਿੰਗ ਅਧਿਕਾਰੀਆਂ ਨੂੰ ਜੋਗਿੰਦਰ ਸਿੰਘ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਨ ਲਈ ਕਿਹਾ ਕਿ ਜੇ ਉਹ ਬਚਣਾ ਚਾਹੁੰਦਾ ਹੈ ਤਾਂ ਜ਼ਰੂਰੀ ਸੀ, ਪਰ ਭਾਰਤੀ ਅਧਿਕਾਰੀ ਅਜਿਹਾ ਕਰਨ ਵਿੱਚ ਅਸਫਲ ਰਹੇ ਅਤੇ ਜਲਦੀ ਹੀ ਜੋਗਿੰਦਰ ਸਿੰਘ ਦਾ ਦੇਹਾਂਤ ਹੋ ਗਿਆ। ਵਿਡੰਬਣਾ ਦੀ ਗੱਲ ਹੈ ਕਿ ਬੁਮਲਾ ਵਿਖੇ ਹੈ ਜਿੱਥੇ ਜੋਗਿੰਦਰ ਸਿੰਘ ਨੇ ਇੰਨੀ ਸੁਰਬੀਰਤਾ ਨਾਲ ਲੜਾਈ ਲੜੀ। ਪਹਿਲੇ ਜ਼ਖਮੀ ਜਵਾਨਾਂ ਨੂੰ 15 ਦਸੰਬਰ ਨੂੰ ਇੰਡੀਅਨ ਰੈੱਡ ਕ੍ਰਾਸ ਨੇ ਵਾਪਸ ਭੇਜ ਦਿੱਤਾ। ਆਪਣੀਆਂ ਯਾਦਾਂ ਵਿੱਚ ਇੱਕ CEO ਨੂੰ ਯਾਦ ਆਇਆ ਕਿ 23 ਮਾਰਚ 1963 ਨੂੰ PWU ਨੂੰ ਸੂਚਿਤ ਕੀਤਾ ਗਿਆ ਸੀ ਕਿ ਰਾਜਪੂਤਾਂ ਦੇ ਮੇਜਰ ਗੁਰਧਿਆਨ ਸਿੰਘ, ਜੋ ਕੈਂਪ ਵਿੱਚ ਸਨ, ਨੂੰ ਮਹਾਂਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਸ ਸਮੇਂ ਉਹਨਾਂ ਨੇ ਸ਼ਾਇਦ ਜੋਗਿੰਦਰ ਸਿੰਘ ਲਈ PVC ਬਾਰੇ ਸੁਣਿਆ। ਅਧਿਕਾਰੀ ਨੇ ਕਿਹਾ ਕਿ 26 ਮਾਰਚ 1963 ਨੂੰ ਕੈਂਪ ਦੇ ਕਮਾਂਡੈਂਟ ਨੇ ਸਾਨੂੰ ਬੁਲਾਉਣ ਲਈ ਕਿਹਾ ਕਿ ਸਾਨੂੰ ਮੁੱਖ ਭੂਮੀ ਰਾਹੀਂ ਭਾਰਤ ਵਾਪਸ ਭੇਜਿਆ ਜਾਣਾ ਹੈ। ਉਸਨੇ ਅੱਗੇ ਕਿਹਾ ਕਿ PWU ਕੈਂਪ ਛੱਡਣ ਤੋਂ ਪਹਿਲਾਂ ਅਸੀਂ ਚੀਨੀਆਂ ਨੂੰ ਕਿਹਾ ਕਿ ਉਹ ਸਾਨੂੰ ਆਪਣੇ ਸਿਪਾਹੀਆਂ ਦੀਆਂ ਕਬਰਾਂ
ਉਹਨਾਂ ਕੋਲ ਲੈ ਜਾਣ ਜੋ ਸਾਡੇ ਕੈਂਪ ਵਿੱਚ ਸ਼ਹੀਦ ਹੋ ਗਏ। ਉਹਨਾਂ ਵਿੱਚੋਂ 7 ਜਣੇ ਸਨ ਜਿਨ੍ਹਾਂ ਵਿੱਚ ਸੂਬੇਦਾਰ ਜੋਗਿੰਦਰ ਸਿੰਘ ਵੀ ਸ਼ਾਮਲ ਸਨ। ਇਤਫਾਕਣ ਹਾਲ ਹੀ ਵਿੱਚ ਬਾਮਲਾ ਵਿਖੇ PVC ਅਵਾਰਡੀ ਨੂੰ ਸਨਮਾਨਿਤ ਕਰਨ ਲਈ ਇੱਕ ਯੁੱਧ ਯਾਦਗਾਰ ਬਣਾਈ ਗਈ ਹੈ। ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਇਸ ਦਾ ਉਦਘਾਟਨ ਕੀਤਾ। ਜੋਗਿੰਦਰ ਸਿੰਘ ਦੇ ਪਰਿਵਾਰ ਅਤੇ ਸੈਨਾ ਦੇ ਨੁਮਾਇੰਦੇ ਮੌਜੂਦ ਰਹੇ। ਇਹ ਸਹੀ ਦਿਸ਼ਾ ਵੱਲ ਇੱਕ ਚੰਗਾ ਕਦਮ ਹੈ, ਪਰ ਹੁਣ ਸਮਾਂ ਆ ਗਿਆ ਹੈ ਕਿ ਮੌਜੂਦਾ ਕੇਂਦਰ ਸਰਕਾਰ ਨੂੰ, ਚੀਨੀ ਸਰਕਾਰ ਨੂੰ ਬਹਾਦਰ ਸਿੱਖ ਸਿਪਾਹੀ ਅਤੇ ਉਸਦੇ 6 ਹੋਰ ਸਾਥੀ ਜੋ ਤਿੱਬਤ ਵਿੱਚ ਦਫਨਾਏ ਗਏ ਸਨ ਦੇ ਅੰਮ੍ਰਿਤਕ ਦੇਹਾਂ ਨੂੰ ਭਾਰਤ ਵਾਪਸ ਲਿਆਉਣ ਲਈ ਕਦਮ ਚੁੱਕਣ। ਇਹ ਸੂਬੇਦਾਰ ਜੋਗਿੰਦਰ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ, ਜਿਸ ਦੀ ਬਹਾਦਰੀ ਦਾ ਲੋਹਾ ਅੱਜ ਵੀ ਚੀਨੀ ਫੌਜ ਮੰਨਦੀ ਹੈ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।